ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਟਕਾ ਸਾਹਿਬ ਦੀ ਬੇਅਦਬੀ ਦੇ ਮਾਮਲੇ ਲਗਾਤਾਰ ਵੱਧਦੇ ਹੀ ਜਾ ਰਹੇ ਨੇ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਅਧੀਨ ਛੇਹਰਟਾ ਇਲਾਕੇ ਦਾ ਹੈ, ਜਿੱਥੇ ਨਵੀਂ ਬਣ ਰਹੀ ਕਲੋਨੀ 'ਚ ਇੱਕ ਖਾਲੀ ਪਲਾਂਟ ਵਿੱਚੋਂ ਗੁਟਕਾ ਸਾਹਿਬ ਦੇ ਫਟੇ ਹੋਏ ਅੰਗ ਮਿਲੇ, ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਉੱਥੇ ਪਹੁੰਚ ਕੇ ਪੁਲਿਸ ਨੂੰ ਜਾਂਚ ਕਰਨ ਦੀ ਮੰਗ ਕੀਤੀ ਗਈ। ਜਿਸ ਤਰ੍ਹਾਂ ਹੀ ਮੁਹੱਲੇ ਵਾਲਿਆਂ ਵੱਲੋਂ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਪਾਈ ਗਈ ਤਾਂ ਤੁਰੰਤ ਸਿੱਖ ਜਥੇਬੰਦੀਆਂ ਦੇ ਆਗੂ ਉਸ ਸਥਾਨ ਤੇ ਜਾ ਕੇ ਇਸ ਦੀ ਜਾਂਚ ਕਰਾਉਣ ਦੀ ਮੰਗ ਕਰ ਰਹੇ ਹਨ। ਅਜੇ ਜਿਹੜੀ ਗੁਟਕਾ ਸਾਹਿਬ ਦੀ ਬੇਅਦਬੀ ਹੈ, ਇਹ ਮਤਲਬ ਇੱਕ ਵੀਡੀਓ ਦੇ ਥਰੂ ਸਾਨੂੰ ਪਤਾ ਲੱਗੀ ਹੈ। ਇਹਨਾਂ ਭਾਈ ਸਾਹਿਬ ਹੋਣਾ ਨੇ ਇੱਥੋਂ ਮਤਲਬ ਮੁਹੱਲੇ ਦੇ ਇਹਨਾਂ ਨੇ ਸੂਚਨਾ ਦਿੱਤੀ। ਇਹ ਵਾਕਿਆ ਤਾਂ ਮਤਲਬ ਜਿਹੜਾ ਕੱਲ੍ਹ ਦਾ ਵਾ, ਅਤੇ ਮੁਹੱਲੇ ਵਾਲਿਆਂ ਨੇ ਜਿਹੜੇ ਅੰਗ ਆ ਗੁਟਕਾ ਸਾਹਿਬ ਦੇ ਸਾਰੇ ਇਕੱਠੇ ਕਰਕੇ ਉਹਨਾਂ ਨੇ ਆਪਦੇ ਕੋਲ ਰੱਖ ਲਏ, ਜਿਹੜਾ ਕਿ ਅਸੀਂ ਹੁਣ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਛਿਆਟਾ ਸਾਹਿਬ ਉਹਨਾਂ ਦੇ ਧਿਆਨ ਵਿੱਚ ਵੀ ਆਪਣੇ ਵੱਲੋਂ ਲਿਆਂਦਾ, ਆਪ ਇੱਥੇ ਪਹੁੰਚਿਆ। ਹੁਣ ਇਹਦੀ ਜਿਹੜੀ ਵੀਡੀਓ ਆ, ਵੀਡੀਓ ਦੇ ਥਰੂ ਇੱਕ ਲਾਗੇ ਮਕਾਨ ਬਾਰਿਆ, ਉਹਦੇ ਸੰਬੰਧਿਤ ਕੋਈ ਸ਼ੱਕ ਦਾ ਇਸ ਹੋਈ ਜਾਂਦੀ ਹੈ ਕਿ ਉਹਨਾਂ ਨੇ ਕੋਈ ਆਪਣਾ ਹਮਣ ਵਗੈਰਾ ਕਰਨ ਦੇ ਚੱਕਰ ਦੇ ਵਿੱਚ ਗੁਟਕਾ ਸਾਹਿਬ ਦੀ ਹੋ ਸਕਦਾ ਕਿ ਬੇਅਦਬੀ ਕੀਤੀ ਹੋਵੇ। ਅਜੇ ਮਸਲਾ ਜਾਂਚਦਾ ਹੈ। ਅਸੀਂ ਪ੍ਰਸ਼ਾਸਨ ਨੂੰ ਇਹ ਮਤਲਬ ਇਹ ਬੇਨਤੀ ਕਰਦੇ ਹਾਂ ਕਿ ਉਹ ਮਤਲਬ ਇਹਦੀ ਤਹਿ ਤੱਕ ਜਾ ਕੇ ਇਹਦੀ ਜਿਹੜੀ ਸਾਰੀ ਜਾਂਚ ਪੜਤਾਲ ਉਹ ਸਾਹਮਣੇ ਲਿਆਂਦੀ ਜਾਵੇ ਅਤੇ ਕੀ ਤਾਂ ਕੀ ਵਾਪਰਿਆ, ਭਾਵੇਂ ਕਿ ਅਜੇ ਪ੍ਰਸ਼ਾਸਨ ਨੇ ਮਤਲਬ ਆਪਣੇ ਪੂਰਨ ਤੌਰ 'ਤੇ ਸਹਿਯੋਗ ਦਿੱਤਾ ਨੇ, ਅਫਸਰ ਸਾਹਿਬਾਨ ਇੱਥੇ ਪਹੁੰਚੇ ਨੇ, ਬਾਕੀ ਜਿਹੜੀ ਅਜੇ ਮਸਲੇ ਦੀ ਤਹਿ ਤੱਕ ਜਿਹੜਾ ਜਾਣ ਦਾ ਜਿਹੜਾ ਅਜੇ ਅਗਲਾ ਵਿਸ਼ਾ ਜਿਹੜਾ ਬਣਦਾ ਹੈ, ਕਿਉਂਕਿ ਅਨੇਕਾਂ ਹੋਰ ਬੇਅਦਬੀਆਂ ਅਕਸਰ ਹੁੰਦੀਆਂ ਨੇ, ਕੁਝ ਸਾਡੀਆਂ ਵੀ ਜ਼ਿੰਮੇਵਾਰੀਆਂ ਬਣਦੀਆਂ ਨੇ ਕਿ ਅਸੀਂ ਮਤਲਬ ਇਹਨਾਂ ਬੇਅਦਬੀਆਂ ਨੂੰ ਦਬਾਉਣ ਦੀ ਜਗ੍ਹਾ 'ਤੇ ਜਾਗਰੂਕ ਕਰਕੇ ਜਿਹੜੇ ਮਤਲਬ ਮੁਲਜ਼ਮ ਨੇ ਉਹਨਾਂ ਨੂੰ ਸਾਹਮਣੇ ਲਿਆ ਕੇ ਕਟਹਿਰੇ ਵਿੱਚ ਖੜਾ ਕੀਤਾ ਜਾਵੇ। ਪਰ ਪਤਾ ਨਹੀਂ ਅਸੀਂ ਆਪਣੀ ਜ਼ਿੰਮੇਵਾਰੀ ਨਾ ਸਮਝਦੇ ਹੋਏ ਮਤਲਬ ਆਪਾਂ ਇਸ ਮਸਲੇ ਨੂੰ ਹਮੇਸ਼ਾ ਦਬਾਉਣਾ ਚਾਹਿਆ, ਪਰ ਜਦੋਂ ਕਿ ਜੂਮ ਮਤਲਬ ਘਟਨਾਕ੍ਰਮ ਬੇਅਦਬੀਆਂ ਦਾ ਸ਼ੁਰੂ ਹੋਇਆ, ਲਗਾਤਾਰ ਜਿਹੜਾ ਘਟਨਾਕ੍ਰਮ ਰੁਕਮ ਦਾ ਨਾਂ ਨਹੀਂ ਲੈ ਰਿਹਾ। ਉੱਥੇ ਅਸੀਂ ਗੁੱਲੀ ਡੰਡਾ ਖੇਡਣ ਦੇ ਅੱਡੀ, ਉੱਥੇ ਗੁੱਲੀ ਗਈ, ਇੱਟ ਲੱਗ ਗਏ ਮੁੰਡੇ ਨੇ, ਇੱਟ ਉੱਧਰ ਸੁੱਟਤੀ, ਥੱਲੇ ਗੁੜਕਾ ਦਾ ਪਿਆ ਹੈ। ਅੱਛਾ, ਫਿਰ ਉਸ ਤੋਂ ਬਾਅਦ ਅਸੀਂ ਚੱਲ ਗਏ ਹਾਂ। ਅੱਛਾ, ਫਿਰ ਨਹੀਂ ਆਏ। ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਦੇ ਅਧਿਕਾਰੀ ਇਸ ਮਾਮਲੇ ਤੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ। ਜਦੋਂ ਉਹਨਾਂ ਕੋਲੋਂ ਇਸ ਮਾਮਲੇ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਆਪਣਾ ਪੱਲਾ ਛਡਾ ਕੇ ਕੈਮਰੇ ਅੱਗੋਂ ਭੱਜਦੇ ਨਜ਼ਰ ਆਏ। ਉਹ ਕਾਕਾ, ਅਜੇ ਮੇਰੀ ਗੱਲ ਸੁਣੋ, ਵੈਰੀਫਾਈ ਕਰਨ ਤੋਂ ਬਾਅਦ ਹੀ ਦੱਸਾਂਗੇ ਤੁਹਾਨੂੰ। ਕੀ ਪਤਾ ਲੱਗਾ ਜੀ, ਇਨਫੋਰਮੇਸ਼ਨ ਕੀ ਆਏਗੀ? ਵੈਰੀਫਾਈ ਕਰਨ ਤੋਂ ਬਾਅਦ ਹੀ ਤੁਹਾਡੀ ਅਗਲੀ ਕਾਰਵਾਈ ਕੀਤੀ ਜਾਏਗੀ। ਫਿਲਹਾਲ ਅਜੇ ਕਲੀਅਰ ਕੁਛ ਨਹੀਂ ਹੈਗਾ, ਅਸੀਂ ਮੌਕੇ ਤੇ ਵੈਰੀਫਾਈ ਕਰ ਰਹੇ ਹਾਂ, ਜੋ ਸਾਨੂੰ ਇੱਥੋਂ ਚੀਜ਼ ਪਤਾ ਲੱਗਦੀ ਹੈ ਫਿਰ ਤੁਹਾਨੂੰ ਧਿਆਨ। ਇਨਫੋਰਮੇਸ਼ਨ ਕੀ ਸੀਗੀ? ਇਨਫੋਰਮੇਸ਼ਨ ਪਤਾ ਹੀ ਹੈ ਤੁਹਾਨੂੰ, ਕੀ ਸੀਗੀ ਸਰ, ਦੱਸ ਕੇ ਦੱਸੋ। ਨਹੀਂ ਪਤਾ ਜੀ, ਉਹ ਇਨਫੋਰਮੇਸ਼ਨ ਬਾਰੇ ਅਜੇ ਕਲੀਅਰ ਨਹੀਂ ਹੈਗਾ, ਜਿੰਨੀ ਦੇਰ ਕਲੈਰਿਟੀ ਨਹੀਂ ਹੁੰਦੀ ਕਿਸੇ ਵੀ ਗੱਲ ਦੀ ਉਹਨੇ ਚਿਰ ਕਿਸ ਤਰ੍ਹਾਂ ਦੱਸ ਦਈਏ। ਸਰ ਵੈਸੇ ਜਿਹੜਾ ਪਲਾਟ ਦਾ ਮਾਲਕ, ਪਹਿਲਾਂ ਪਲਾਟ ਦਾ ਮਾਲਕ ਹੈ, ਉਹਨੂੰ ਪੁੱਛਗਿੱਛ ਕੀਤੀ ਜਾ ਰਹੀ ਹੈ, ਪਹਿਲਾਂ ਕਲੈਰਿਟੀ ਕਰੀਏ ਵੀ ਗੱਲ ਕੀ ਹੋਈ। ਅਜੇ ਆਪਾਂ ਪਹਿਲਾਂ ਹੀ ਤੁਹਾਨੂੰ ਸੀਸੀਟੀਵੀ ਫੁਟੇਜ ਵੀ ਕੁਛ ਨਹੀਂ ਅਜੇ ਤੱਕ। ਹੁਣ ਵੇਖਣਾ ਇਹ ਹੋਵੇਗਾ ਕਿ ਪੁਲਿਸ ਦੀ ਜਾਂਚ ਤੋਂ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ, ਪਰ ਸੋਚਣ ਦੀ ਗੱਲ ਇਹ ਹੈ ਕਿ ਕੌਣ ਇਸ ਬੇਅਦਬੀ ਦੇ ਪਿੱਛੇ ਹੈ।